अज बापू लाल सिंह 20 साल हो गए घट्टो घट घरे नहीं गया, ब्याह नहीं सी कराया, ट्रक ड्राइवर सी बापू, सारी उम्र ट्रक ड्राइवरी की आ। ट्रक चलाउंदे समय अज तो 20 साल पहला करीब बापू तो एक्सीडेंट हो गया सी, ते उत्थे तीन बंदे बापू दे गड्डी थले आके मर गए सी, साइकिल ते जांदे सी तीन बंदे। 15 साल एक्सीडेंट केस दे विच बापू ने सजा भुगती, पर असल जिहड़े देने लैने आ बापू हजे तक भी भोग रहा। पता नहीं उन्हां दी उन्हां दे बच्चियां दी मां बाप दी कोई तरसीस सी जिहड़ी लगी, लत्त गल गई, सारी कीड़े पए हुए सी बापू दे लत्त दे उत्ते, पट्टी कीती हुई, किन्ने दिनां दी स्मैल आउंदी। बापू बेचारा उवें रुड़दा खुड़दा किसे तरीके साडे कोल इत्थे सुपनिआं दे घर पहुंचिआ। ਬਾਪੂ ਵਿਆਹ ਕਰਾਇਆ ਤੁਹਾਡਾ? ਨਹੀਂ ਜੀ, ਵਿਆਹ ਨਹੀਂ ਕਰਾਇਆ। ਵਿਆਹ ਨਹੀਂ ਕਰਾਇਆ ਤੇ ਭੈਣ ਭਰਾ ਕਿੰਨੇ ਹੋ ਬਾਪੂ? ਭੈਣ ਭਰਾ ਥੇ ਪਹਿਲੇ ਤਿੰਨ ਹੈ, ਹੋਰ ਕੋਈ ਪਤਾ ਨਹੀਂ ਕਿ ਉਸਨੇ ਜਿੰਦਾ ਹੈ ਕਿ ਮਰ ਗਏ। ਤਿੰਨ ਭਰਾ? ਹਾਂ। ਤੇ ਭੈਣਾ? ਇੱਕ ਭੈਣ ਥੀ। ਇੱਕ ਭੈਣ ਤੇ ਤਿੰਨ ਭਰਾ। ਤੇ ਬਾਪੂ ਘਰ ਛੱਡੇ ਨੂੰ ਕਿੰਨੇ ਸਾਲ ਹੋ ਗਏ? ਘਰ ਛੱਡੇ ਮੇਰੇ ਕੋ ਕਮ ਕਮ 25-26 ਸਾਲ ਹੋ ਗਏ। 25-26 ਸਾਲਾਂ ਤੋਂ ਘਰੇ ਗਿਆ ਹੀ ਨਹੀਂ ਬਾਪੂ ਕਦੇ? ਗਿਆ ਹੀ ਗਿਆ, 15 ਸਾਲ ਤੋਂ ਜੇਲ੍ਹ ਮੈਂ ਥਾ। 15 ਸਾਲ ਜੇਲ੍ਹ 'ਚ ਸੀ? ਹਾਂ ਜੀ। ਕੀ ਹੋ ਗਿਆ ਜੀ ਬਾਪੂ? ਐਕਸੀਡੈਂਟ ਹੋ ਗਿਆ। ਇਹ ਬੰਦੇ ਮਰ ਗਏ ਸੀ? ਹਾਂ ਜੀ। ਕਿੰਨੇ? ਤਿੰਨ। ਤਿੰਨ ਬੰਦੇ ਮਰ ਗਏ ਸੀ ਬਾਪੂ? ਠੀਕ ਹੈ ਬਾਪੂ। ਕਿਹੜੀ ਗੱਡੀ ਚਲਾਉਂਦੇ ਸੀ ਤੁਸੀਂ ਉਦੋਂ? ਟਰੈਕਟਰ ਵੱਡੀ ਗੱਡੀ। ਟਰੱਕ ਵੱਡਾ ਹੈ? ਹਾਂ ਜੀ। ਉਹਨਾਂ ਨੇ ਕੇਸ ਕਰਤਾ ਫਿਰ? ਉਹਨਾਂ ਨੇ ਕੇਸ ਕਰ ਦਿੱਤੇ। ਤੇਰੇ ਸ਼ਰਾਬ ਸ਼ਰੂਬ ਪੀਤੀ ਹੋਈ ਸੀ? ਨਹੀਂ ਸ਼ਰਾਬ ਪੀਤੀ। ਬਾਪੂ ਐਂ ਤਾਂ 15 ਸਾਲ ਲਈ ਹੁੰਦੀ ਨਹੀਂ ਸਜ਼ਾ। ਉਹ ਰਾਜਸਥਾਨ ਕੇ ਕੇਸ ਡਬਲ ਹੋਤੀ ਹੈ। ਨਹੀਂ, ਰਾਜਸਥਾਨ 'ਚ ਡਬਲ ਤਾਂ ਹੁੰਦੀ ਹੈ ਪਰ 15 ਸਾਲ ਲਈ ਨਹੀਂ ਸਜ਼ਾ ਹੁੰਦੀ ਡਰਾਈਵਰ ਨੂੰ ਐਕਸੀਡੈਂਟ ਕੇਸ 'ਚ, ਕਿਉਂਕਿ ਐਕਸੀਡੈਂਟ ਦਾ ਮਤਲਬ ਐਕਸੀਡੈਂਟ ਆ। ਜੇ ਪੀਤੀ 'ਚ ਆ ਜਾਵੇ, ਨਸ਼ੇ 'ਚ ਆ ਜਾਵੇ, ਜਾਣ ਬੁੱਝ ਕੇ ਕੀਤਾ ਹੋਵੇ, ਫਿਰ ਹੁੰਦੀ ਹੈ ਇਹ ਉਮਰ ਕੈਦ ਦੇ ਬਰਾਬਰ ਆ ਨਾ 15 ਸਾਲ। ਪਿੱਛੇ ਛੁਡਾਉਣ ਵਾਲਾ ਕੋਈ ਨਹੀਂ ਹੈ? ਨਹੀਂ ਬਾਪੂ, ਫਿਰ ਵੀ ਛੁਡਾਉਣ ਵਾਲਾ ਚਾਹੇ ਕੋਈ ਨਹੀਂ, ਕਾਨੂੰਨ ਤਾਂ ਕਾਨੂੰਨ ਹੀ ਹੈ ਨਾ। ਯਾਨੀ ਕਿ ਕੋਈ ਨਸ਼ਾ ਨੁਸ਼ਾ ਆ ਗਿਆ ਸੀ ਵਿੱਚ ਖੂਨ 'ਚ? ਨਹੀਂ ਕੋਈ। ਉਹਨਾਂ ਨੇ ਉਹਦੇ ਵਿੱਚ ਕੇਸ 'ਚ ਲਿਖਿਆ ਸੀ ਵੀ ਇਹ ਨਸ਼ਾ ਕੀਤਾ ਹੋਇਆ ਸੀ? ਨਹੀਂ। ਅੱਛਾ, ਐਕਸੀਡੈਂਟ ਹੋਇਆ ਤੂੰ ਗੱਡੀ ਰੋਕੀ ਨਹੀਂ ਸੀ? ਰੋਕਦੀ ਸੀ। ਅੱਛਾ, ਲੋਕਾਂ ਨੇ ਫਿਰ ਮਾਰਿਆ ਕੁੱਟਿਆ ਨਹੀਂ ਤੁਹਾਨੂੰ? ਨਹੀਂ ਮਾਰਿਆ। ਆ ਕਈ ਵਾਰੀ ਕਹਿੰਦੇ ਐਕਸੀਡੈਂਟ ਦੇ ਭੱਜ ਜਾਂਦੇ ਲੋਕ, ਡਰਦੇ ਵੀ ਮਾਰਨਗੇ ਲੋਕ, ਕੁੱਟਣਗੇ। ਰਾਜਸਥਾਨ ਦੇ ਲੋਕ ਕੰਮ ਮਾਰਦੇ। ਅੱਛਾ, ਰਾਜਸਥਾਨ ਦੇ ਲੋਕ ਘੱਟ ਕੁੱਟਦੇ ਆ। ਕਿਹੜੀ ਜੇਲ੍ਹ 'ਚ ਰਹੇ ਬਾਪੂ? ਭੀਲਵਾੜਾ। ਭੀਲਵਾੜਾ ਜੇਲ੍ਹ? ਭੀਲਵਾੜਾ ਇਹ MP 'ਚ ਪੈਂਦਾ ਨਾ? ਨਹੀਂ, ਰਾਜਸਥਾਨ। ਰਾਜਸਥਾਨ 'ਚ ਭੀਲਵਾੜਾ, ਠੀਕ ਹੈ ਬਾਪੂ। ਉੱਥੇ ਕਿੰਨੇ ਸਾਲ ਕੱਟੇ ਫਿਰ? ਉਹ ਪਹਿਲੇ ਤੇ ਉਸੋ 8 ਸਾਲ ਦਾ ਹੈ। ਉਸੋ 8 ਸਾਲ ਦਾ। 8 ਸਾਲ ਦੀ ਉੱਥੇ ਸੀ? ਹਾਂ। 8 ਸਾਲ ਤੋਂ ਬਾਅਦ ਉਹਨੇ ਜੈਪੁਰ ਭੇਜ ਦਿੱਤੀ। ਫਿਰ ਜੈਪੁਰ ਰਹਾ 8-9 ਸਾਲ। 9 ਸਾਲ ਜੈਪੁਰ ਰਿਹਾ, ਠੀਕ ਆ। ਅੰਦਰ ਤਾਂ ਕੋਈ ਨਸ਼ਾ ਨੁਸ਼ਾ ਤਾਂ ਨਹੀਂ ਸੀ ਕਰਦੇ? ਨਹੀਂ। ਜੇ ਪਾਨ ਪੂਨ ਤੋਂ ਖਾਂਦੇ ਸੀ ਨਾ, ਗੁਟਕਾ ਗਟਕਾ? ਕੁਛ ਵੀ ਨਹੀਂ। ਦੰਦ ਬਾਪੂ ਦਿਖਾਈ ਏਦਾਂ?
दंद तेरे गले पे जमे गल के गुटके नाल तमाकू नहीं तमाकू नहीं हाँ। गुटका गुटके खाया ਉਹ ਵੀ ਪੁੱਛ ਰਿਹਾ ਤੂੰ ਕਹਿੰਦਾ ਨਹੀਂ ਖਾਂਦਾ ਸੀ ਨਾਲੇ ਛੋੜ ਦਿਆ ਸਭ ਨਹੀਂ ਉਦੋਂ ਤਾਂ ਖਾਂਦਾ ਸੀ ਨਾ ਜਦੋਂ ਜੇਲ੍ਹ 'ਚ ਸੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਨ ਲੱਗੇ ਸੋਈ ਜਾਣੇ ਜਿਹਦੇ ਤਨ ਨੂੰ ਲੱਗਦੇ ਉਹੀ ਜਾਣਦਾ ਪੀੜ ਦਾ ਦੁੱਖ ਦਾ ਤਕਲੀਫ ਦਾ ਅਹਿਸਾਸ ਅੱਜ ਬਾਪੂ ਲਾਲ ਸਿੰਘ ਸਨ ਆਫ ਬਾਪੂ ਪਿਤਾ ਜੀ ਦਾ ਕੀ ਨਾਂ ਦੱਸਿਆ ਰਾਮ ਸਿੰਘ ਰਾਮ ਸਿੰਘ ਹਰਿਆਣੇ ਦਾ ਜੰਮਿਆ ਪਲਿਆ ਬਾਪੂ हरियाणा केड़ा जिला सी बापू जगाधरी यमुनानगर पिंड दा नाम दादूपुर बुढ़िया उस पिंड दा रहण वाला बापू कहिंदा ते बापू 20 साल तो अपने परिवार नूं नहीं मिलिया किसी नूं ब्याह नहीं सी कराया ट्रक ड्राइवर सी बापू सारी उम्र ट्रक ड्राइवरी कीती आ ट्रक चलाउंदे समय अज तो 20 साल पहला करीब बापू तो एक्सीडेंट हो गया सी भीलवाड़ा एक एरिया वा राजस्थान दे विच जिला पैंदा भीलवाड़ा ते उत्थे तीन बंदे बापू दे गड्डी थल्ले आके मर गए सी साइकिल ते जांदे सी तीन बंदे सवेर दा टाइम सी 11 क बजे 10:11 ते तीनों बंदयां दी मौत हो गई सी उस तों बाद बापू ते केस चलिया मौके ते अरैसट हो गया सी पिछे किसे ने पैरवाई नहीं कीती बापू कहिंदा कोई तलीक ते आउण वाला नहीं सीगा कोई मालिक ने भी नहीं कीती बापू ट्रक ड्राइवर मालिक ने ट्रक पैसे दे के गाड़ी छुड़ा ली है पैसे दे के गड्डी छुड़ा ली उन्हें बस उन्हें पैसे दे के गड्डी छुड़ा ली तो 15 साल एक्सीडेंट केस दे विच बापू ने सज़ा भुगती वो तीन बंदयां दी 5-5 साल की सज़ा कह सकते हैं आपां है ना पर उन्हां दा भी घर पट्टिया गया उन्हां दे भी बच्चे रल गए होने उस टाइम उन्हां नूं कहिड़ा मालिक ने कुछ दिता हो जां तां होवे ना भी इंश्योरेंस दे विच उन्हां नूं भी पैसे मिले होण गड्डी दे जां कुछ होर ਬਾਪੂ ਉਹਨਾਂ ਨੂੰ ਮਿਲਿਆ ਸੀ ਗੱਡੀ ਦੀ ਇੰਸ਼ੋਰੈਂਸ ਵਗੈਰਾ ਸੀਗੀ ਪੈਸੇ ਮਾਲ ਉਹਨਾਂ ਨੂੰ ਜਿਹੜੇ ਮਰਨ ਵਾਲੇ ਸੀਗੇ ਪਹਿਲੇ ਦੇ ਰਿਹਾ ਤਾਂ ਉਹਨਾਂ ਨੇ ਮਾਨਾ ਨੇ ਅੱਛਾ ਮਾਨੇ ਨਹੀਂ ਉਹ 1-1.5 ਲੱਖ ਰੁਪਏ ਦੇ ਰਿਹਾ ਸੀ ਉਸ ਟਾਈਮ ਮਾਲਕ ਨਹੀਂ ਕਹਦੇ ਇਸ ਕੇਸ ਲੜਾਂਗੇ ਮੱਕੜਾਂ ਦੀ ਗਾੜੀ ਥੀ ਸਰਦਾਰੋਂਗਾ ਮੱਕੜ ਸੀਗੇ ਸਰਦਾਰ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਫਿਰ ਗੱਡੀ ਛਡਾ ਲਈ ਉਹਨਾਂ ਨੂੰ ਕੁਛ ਨਹੀਂ ਦਿੱਤਾ ਫਿਰ 15 ਸਾਲ ਦੀ ਸਜ਼ਾ ਤੈਨੂੰ ਹੀ ਹੋ ਗਈ ਜਿਹੜਾ ਉਹਨਾਂ ਵਾਲਾ ਹਰਜਾਨਾ ਸੀ ਉਹ ਵੀ ਤੈਨੂੰ ਭਰਨਾ ਪਿਆ ਤੇਰੀ ਕਮਾਈ 'ਚ ਉਹਨੂੰ ਦਿੱਤਾ ਹੋਊ ਫਿਰ ਨਾ ਜਿਹੜੀ ਤੂੰ ਮੁਸ਼ਕਤ ਕੀਤੀ ਜੇਲ੍ਹ 'ਚ ਜਿਹੜੀ 15 ਸਾਲ ਬਾਪੂ ਨੇ ਜੇਲ੍ਹ 'ਚ ਮੁਸ਼ਕਤ ਕੀਤੀ ਮੁਸ਼ਕਤ ਕੀ ਉੱਥੇ ਤਨਖਾਹ ਮਿਲਦੀ ਹੈ ਪੈਸੇ ਦਿਹਾੜੀ ਮਿਲਦੀ ਹੈ ਅੰਦਰ ਜੇਲ੍ਹ 'ਚ ਉਹ ਪੈਸਾ ਸਾਰਾ ਮੁਸ਼ਕਤ ਦਾ ਜਿਹੜਾ ਬਾਪੂ ਦਾ ਉਸ ਪਰਿਵਾਰ ਨੂੰ ਦਿੱਤਾ ਗਿਆ ਉਹ ਜੇਲ੍ਹ ਕੋਰਟ ਵੱਲੋਂ ਦਿੱਤਾ ਜਾਂਦਾ ਇਹ ਇੰਡੀਅਨ ਪੀਨਲ ਕੋਡ ਦੇ ਵਿੱਚ ਜਿਹੜਾ ਕਾਨੂੰਨ ਮੁਤਾਬਕ ਕਿੱਦਾਂ ਹੁੰਦਾ ਕਹਿੰਦੇ ਪਰ ਅਸਲ ਜਿਹੜੇ ਦੇਣੇ ਲੈਣੇ ਆ ਬਾਪੂ ਹਜੇ ਤੱਕ ਵੀ ਭੋਗ ਰਿਹਾ ਪਤਾ ਨਹੀਂ ਉਹਨਾਂ ਦੇ ਬੱਚਿਆਂ ਦੀ ਮਾਂ ਬਾਪ ਦੀ ਕੋਈ ਦਰਸੀਸ ਸੀ ਜਿਹੜੀ ਲੱਗੀ ਲਾਲ ਸਿੰਘ ਅੱਜ ਵੀ ਭੁਗਤ ਰਿਹਾ ਉਸ ਗੱਲ ਨੂੰ ਲੱਤ ਗਲ ਗਈ ਸਾਰੀ ਕੀੜੇ ਪਏ ਹੋਏ ਸੀ ਬਾਪੂ ਦੇ ਸਾਡੇ ਕੋਲ ਬਾਪੂ ਜੀ ਨਾਗਪੁਰ ਤੋਂ ਆਏ ਨੇ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਨਾਗਪੁਰ ਬਾਪੂ ਜੇਲ੍ਹ ਤੋਂ ਛੁੱਟ ਕੇ ਬਾਪੂ ਜੇਲ੍ਹ ਤੋਂ ਛੁੱਟ ਕੇ ਫਿਰ ਉੱਥੇ ਚਲਾ ਗਿਆ ਸੀ ਜੇਲ੍ਹ ਛੁੱਟ ਕੇ ਚਲਾ ਗਿਆ ਤਾਂ ਫਿਰ ਉੱਥੇ ਫਿਰ ਜਾ ਕੇ ਟਰੱਕ ਚਲਾਉਣ ਲੱਗ ਗਿਆ ਉੱਥੇ ਜਾ ਕੇ ਫਿਰ ਟਰੱਕ ਚਲਾਉਣ ਲੱਗ ਗਿਆ ਸੀ ਨਾਗਪੁਰ ਮਹਾਰਾਸ਼ਟਰ 'ਚ ਜਾ ਕੇ ਉੱਥੇ ਫਿਰ ਬਾਪੂ ਦੀ ਲੱਤ ਖਰਾਬ ਹੋ ਗਈ ਹੁਣ 1.5 ਸਾਲ ਹੋ ਗਿਆ ਲੱਤ ਗਲ ਗਈ ਪੂਰਾ ਪੈਰ ਗਲਿਆ ਹੋਇਆ ਬਾਪੂ ਦਾ ਕੀੜੇ ਵੀ ਪਏ ਹੋਏ ਸੀ ਬਾਪੂ ਦੇ ਹੁਣ ਸਾਫ਼ ਕਰਕੇ ਹੱਡਿਆਂ ਜ਼ਖਮ ਇੰਨਾ ਗੰਦ ਨਿਕਲਿਆ ਜ਼ਖਮ ਦੇ ਵਿੱਚੋਂ ਇੰਨਾ ਗੰਦ ਨਿਕਲਿਆ ਬਿਆਨ ਨਹੀਂ ਕਰ ਸਕਦੇ ਤੁਹਾਨੂੰ ਇੰਨੀ ਗੰਦੀ ਸਮੈਲ ਆ ਰਹੀ ਸੀ ਅਤੇ ਇਹ ਬਰਦਾਸ਼ਤ ਕਰ ਰਿਹਾ ਪਿਛਲੇ 1-1.5 ਸਾਲ ਤੋਂ ਇਹ ਵੀ ਕਿਸੇ ਨਰਕ ਤੋਂ ਘੱਟ ਨਹੀਂ ਇੱਕ ਡਰਾਈਵਰ ਬੰਦੇ ਦੀ ਜ਼ਿੰਦਗੀ ਕੀ ਅਤੇ ਕਿੱਦਾਂ ਅਤੇ ਕਿਵੇਂ ਚੱਲਦੀ ਆ ਇਸ ਬਾਪੂ ਦੀ ਇਸ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਹਾਂ ਮਾਲਕਾਂ ਨੇ ਕੋਈ ਫਰਕ ਨਹੀਂ ਪਿਆ ਗੱਡੀ ਛਡਾ ਕੇ ਮਾਲਕ ਨੇ ਗੱਡੀ ਚੱਲਣ ਲਾ ਲਈ ਹੋਰ ਡਰਾਈਵਰ ਰੱਖ ਲਿਆ 15 ਸਾਲ ਇਸ ਬੰਦੇ ਨੇ ਜੇਲ੍ਹ 'ਚ ਕੱਟੀ 3 ਘਰ ਉਹ ਉੱਜੜ ਗਏ ਉੱਥੋਂ ਮਹਾਰਾਸ਼ਟਰ ਨਾਗਪੁਰ ਤੋਂ ਟਰੱਕ ਡਰਾਈਵਰ ਵੀਰ ਨੇ ਪੰਜਾਬੀ ਭਰਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਬਾਪੂ ਨੂੰ ਇੱਥੇ ਭੇਜਿਆ ਸਾਡੇ ਕੋਲ ਕੀ ਨਾਂ ਸੀ ਉਹਨਾਂ ਦਾ ਤਰਸੇਮ ਸਿੰਘ ਸੋਨੂੰ ਇੱਕ ਹੁਣ ਜਿਹਦੇ ਨਾਲ ਗੱਲ ਹੋ ਰਹੀ ਸੀ ਆਪਣੀ ਮੁਲੁਕ ਸਿੰਘ ਹੈ ਉਹ ਵੀ ਮੁਲੁਕ ਸਿੰਘ ਹੁਸ਼ਿਆਰਪੁਰ ਬਾਪੂ ਹੁਣੀ ਇਕੱਠੇ ਗੱਡੀ ਚਲਾਉਂਦੇ ਰਹੇ ਪਹਿਲਾਂ ਜਵਾਨੀ 'ਚ ਅਤੇ ਉਹਨਾਂ ਕੋਲ ਬਾਪੂ ਦੁਬਾਰਾ ਗਿਆ ਸੀ ਅਤੇ ਉਹਨਾਂ ਨੇ ਮਲੂਕ ਸਿੰਘ ਹੋਣਾ ਨੇ ਬਾਪੂ ਨੂੰ ਫਿਰ ਇੱਥੇ ਭੇਜਿਆ ਉਹਨਾਂ ਨੇ ਬਾਪੂ ਨੂੰ ਪਰਚੀ 'ਤੇ ਸਾਡਾ ਨਾਮ
एड्रैस लिख के उतों नागपुर तो ट्रेन चढ़ाता बापू लुधियाने आके ट्रेन उतर गया। तो लुधियाने उतर के बापू ने आटो करके इतने पहुँच गए। बापू आही कपड़िया दे विच बापू एड्डी लत्त दे उत्ते पट्टी कीती होई किन्ने दिनां दी स्मैल आउंदी। बापू बेचारा उवें रुड़दा खुड़दा किसे तरीके साडे कोल इत्थे सुपनिआं दे घर पहुंचिआ। ते बापू लाल सिंह वर्गे पता नहीं किन्ने लोक ने जिहड़े इदां ही कीड़िआं तों खाधे जांदे ने स्टेशनां ते बस स्टैंडां ते पुलां दे थल्ले फलाईओवरां दे गुरु घरां दे मंदरां दे बाहर गल सड़ के मर जाते ने। कोई पुछता नहीं, कोई देखता नहीं। बापू भी जी होर दस दिन लेट हुंदा लत्तां इन्नियां गल गईआं सीगीआं चलण फिरन तो असमर्थ हो जाणा सी बापू ने। तां भला होवे उन्हां वीरां दा जिन्हां ने बापू नूं इत्थे टिकट दे के साडे तक एड्रैस दे के भेजिआ। करिओ जी अरदास। ते बापू दा जे कोई एड्रैस जाणदा ते उह वी साडे नाल संपर्क करिओ। मामे भूआ दा पुत, मासी दा पुत, कोई दोस्त मित्र पहचाणदा जाणदा साडे नाल संपर्क करो। साडे नंबर स्क्रीन ते हेठां दित्ते होए। वाहिगुरू जी का खालसा, वाहिगुरू जी।